20 ਸਾਲ ਦੀ ਉਮਰ ਦੇ ਵਿੱਚ ਵੰਸ਼ ਗਰਗ ਭਦੌੜ ਕਸਬੇ ਦਾ ਨੌਜਵਾਨ ਆ ਛੋਟੀ ਉਮਰ ਦਾ, ਤੇ ਆਪਣੀ ਮਿਹਨਤ ਦੇ ਨਾਲ ਉਹ ਮੁੰਡਾ ਪਾਇਲਟ ਬਣਿਆ। ਜਹਾਜ਼ ਵੇਖ ਕੇ ਮਨ 'ਚ ਖਿਆਲ ਆਇਆ ਕਿ ਚਲਾਉਣਾ ਕਿਸੇ ਦਿਨ ਇਹ? ਖੁਸ਼ੀ, ਬਹੁਤ ਖੁਸ਼ੀ ਹੈ ਉਸ ਚੀਜ਼ ਦੀ ਕਿ ਹਾਂ ਹੁਣ ਮੈਂ ਜਹਾਜ਼ ਚਲਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਆਈਆਂ ਕਿ ਉਹ ਟਰਾਈ ਕਰ ਲਓ, ਪਰ ਨਹੀਂ, ਮੈਂ ਰੱਖਿਆ ਕਿ ਮੈਂ ਪਾਇਲਟ ਹੀ ਪਾਇਲਟ ਐਂਡ ਤੱਕ ਮੈਂ ਪਾਇਲਟ ਹੀ ਅੜਿਆ ਰਿਹਾ। ਆਪਣੇ ਉੱਥੇ 12 ਇਗਜ਼ਾਮ ਹੋਏ ਮੇਰੇ, ਮੈਂ ਉਹ ਕੀਤੇ। ਉਦੋਂ ਸਭ ਤੋਂ ਪਹਿਲਾਂ ਤਾਂ ਜਦੋਂ ਟੇਕ ਆਫ ਹੋਇਆ ਥੋੜ੍ਹਾ ਡਰ ਲੱਗਿਆ, ਪਰ ਫਿਰ ਹੌਲੀ ਹੌਲੀ ਉਸ ਚੀਜ਼ ਦੀ ਆਦਤ ਹੋ ਗਈ ਅਤੇ ਮਜ਼ਾ ਆਉਣ ਲੱਗਿਆ ਉਸ ਚੀਜ਼ 'ਚ। ਅੱਜ ਮੈਂ ਏਅਰਕ੍ਰਾਫਟ ਇਕੱਲੇ ਬਹਿ ਕੇ ਉਡਾਇਆ। ਮੈਨੂੰ 1.5 ਤੋਂ 2 ਸਾਲ ਲੱਗ ਗਏ ਪਲੱਸ ਟੂ ਤੋਂ ਬਾਅਦ ਸਭ ਕੁਛ ਕਰਨ 'ਚ ਇੰਡੀਆ 'ਚ। ਪਲੱਸ ਟੂ ਤੋਂ ਬਾਅਦ 2 ਸਾਲ ਹੀ ਲੱਗੇ? ਹਾਂਜੀ, ਪਲੱਸ ਟੂ ਤੋਂ ਬਾਅਦ 2 ਸਾਲ ਲੱਗ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਥੋੜ੍ਹਾ ਜਿਹਾ ਅਟਪਟਾ ਜਿਹਾ ਲੱਗਿਆ ਵੀ ਇਹ ਕਿਸ ਤਰ੍ਹਾਂ ਦੀ ਲਾਈਨ ਹੈ, ਕਿਉਂਕਿ ਸਾਨੂੰ ਵੀ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ। ਪ੍ਰੈਮੇਸ਼ੀਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਣਾ। ਛੋਟੇ ਹੁੰਦੇ ਅਕਸਰ ਹੀ ਛੋਟੇ ਬੱਚੇ ਆ ਜਿਹੜੇ ਬਹੁਤ ਵੱਡੇ ਸੁਪਨੇ ਦੇਖਦੇ ਆ। ਕੋਈ ਕਹਿੰਦਾ ਮੈਂ ਡਾਕਟਰ ਬਣਨਾ, ਕੋਈ ਕਹਿੰਦਾ ਮੈਂ ਇੰਜੀਨੀਅਰ ਬਣਨਾ, ਤੇ ਕੋਈ ਸੋਚਦਾ ਹੁੰਦਾ ਮੈਂ ਪਾਇਲਟ ਬਣਨਾ। ਪਰ ਸੁਪਨੇ ਪੂਰੇ ਬਹੁਤ ਘੱਟ ਹੁੰਦੇ ਆ, ਕਿਉਂਕਿ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਆ। ਤੇ ਅੱਜ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਹਨੇ ਛੋਟੀ ਉਮਰ ਦੇ ਵਿੱਚ ਪਾਇਲਟ ਬਣਨ ਦਾ ਸੁਪਨਾ ਦੇਖਿਆ ਤੇ ਆਪਣੀ ਮਿਹਨਤ ਦੇ ਨਾਲ ਉਹ ਮੁੰਡਾ ਪਾਇਲਟ ਬਣਿਆ। 20 ਸਾਲ ਦੀ ਉਮਰ ਦੇ ਵਿੱਚ ਵੰਸ਼ ਗਰਗ ਭਦੌੜ ਕਸਬੇ ਦਾ ਨੌਜਵਾਨ ਆ ਛੋਟੀ ਉਮਰ ਦਾ, ਉਹ ਪਾਇਲਟ ਬਣ ਚੁੱਕੇ ਆ। ਗੱਲਬਾਤ ਕਰਾਂਗੇ, ਮੇਰੇ ਨਾਲ ਵੰਸ਼ ਗਰਗ ਮੌਜੂਦ ਰਹਿਣਗੇ। ਪੁੱਛਾਂਗੇ ਬਾਈ ਤੋਂ ਕਿ ਕੀ ਪ੍ਰੋਸੈਸ ਹੁੰਦਾ ਪਾਇਲਟ ਬਣਨ ਦਾ, ਤੇ ਇੱਥੋਂ ਤੱਕ ਪਹੁੰਚਣ ਦੇ ਲਈ ਕਿੰਨੀ ਕੁ ਮਿਹਨਤ ਕਰਨੀ ਪਈ, ਕਿਉਂਕਿ ਬਹੁਤ ਰੇਅਰ ਬੱਚੇ ਆ ਜਿਹੜੇ ਪਾਇਲਟ ਬਣਦੇ ਆ। ਮਿਹਨਤ ਬਹੁਤ ਕਰਨੀ ਪੈਂਦੀ ਆ, ਪੜ੍ਹਨਾ ਬਹੁਤ ਪੈਂਦਾ। ਵੰਸ਼ ਗਰਗ ਪਾਇਲਟ ਜਿਹੜੇ ਬਣੇ ਨੇ ਮੇਰੇ ਨਾਲ ਮੌਜੂਦ ਰਹਿਣਗੇ। ਗੱਲਬਾਤ ਕਰਾਂਗੇ ਕਿ ਇੱਥੋਂ ਤੱਕ ਪਹੁੰਚਣ ਦੇ ਲਈ ਕਿੰਨੀ ਮਿਹਨਤ ਕੀਤੀ, ਤੇ ਨਵੇਂ ਬੱਚੇ ਜਿਹੜਾ ਪਾਇਲਟ ਬਣਨਾ ਚਾਹੁੰਦੇ ਆ ਉਹਨਾਂ ਨੂੰ ਇਹ ਕੀ ਸੁਨੇਹਾ ਦੇਣਗੇ। ਤਾਂ ਬਹੁਤ ਬਹੁਤ ਮੁਬਾਰਕਾਂ ਜੀ, ਤੁਸੀਂ ਬੜੇ ਛੋਟੇ ਜਿਹੇ ਕਸਬੇ ਦੇ ਵਿੱਚੋਂ ਉੱਠ ਕੇ ਪਾਇਲਟ ਬਣਿਆ, ਇੱਥੋਂ ਤੱਕ ਪਹੁੰਚਣ ਦਾ ਸਫ਼ਰ ਕਿਵੇਂ ਰਿਹਾ, ਕਿੰਨੀ ਕੁ ਮਿਹਨਤ ਕਰਨੀ ਪਈ? ਮਿਹਨਤ ਤਾਂ ਹਰ ਚੀਜ਼ 'ਚ ਕਰਨੀ ਪੈਂਦੀ ਹੈ, ਇਹਦੇ 'ਚ ਵੀ ਕਰਨੀ ਪਈ। ਵਧੀਆ ਸੀ ਇੱਥੋਂ ਤੱਕ ਦਾ ਸਫ਼ਰ ਹਰ ਤੱਕ ਤਾਂ। ਕਦੋਂ ਸੋਚ ਲਿਆ ਸੀ? ਆਪਾਂ ਛੋਟੇ ਹੁੰਦੇ ਬਹੁਤ ਸੁਪਨੇ ਲੈਂਦੇ ਹਾਂ, ਕੋਈ ਕਹਿੰਦਾ ਮੈਂ ਡਾਕਟਰ ਬਣੂੰਗਾ, ਕੋਈ ਕਹਿੰਦਾ ਪਾਇਲਟ ਬਣੂੰਗਾ। ਸੋਚਦੇ ਬਹੁਤ ਆ ਪਰ ਬਣਦੇ ਬਹੁਤ ਘੱਟ ਹੁੰਦੇ ਨਾ। ਕਦੋਂ ਸੋਚ ਲਿਆ ਸੀ ਪਾਇਲਟ ਬਣਨ ਬਾਰੇ? ਮੈਂ ਵੀ ਬਚਪਨ 'ਚ ਸੋਚ ਲਿਆ ਸੀ ਕਿ ਮੈਂ ਪਾਇਲਟ ਬਣੂੰਗਾ। ਜਦੋਂ ਮੈਂ 4th-5th ਕਲਾਸ 'ਚ ਹੁੰਦਾ ਸੀ ਉਦੋਂ ਮੈਂ ਸੋਚ ਲਿਆ ਸੀ ਮੈਂ ਪਾਇਲਟ ਬਣੂੰਗਾ। ਜਦੋਂ ਮੈਂ ਜਹਾਜ਼ ਚੂਜ਼ ਦੇਖਦਾ ਹੁੰਦਾ ਸੀ ਉਦੋਂ ਮੈਨੂੰ ਲੱਗਦਾ ਸੀ ਮੈਂ ਇਹਨਾਂ ਨੂੰ ਚਲਾਉਣਾ ਹੈ ਫਿਰ। ਹਾਂ, ਜਹਾਜ਼ ਵੇਖ ਕੇ ਮਨ 'ਚ ਖਿਆਲ ਆਇਆ ਕਿ ਚਲਾਉਣਾ ਕਿਸੇ ਦਿਨ ਇਹ? ਹਾਂਜੀ। ਅੱਜ ਉਹ ਸੁਪਨਾ ਪੂਰਾ ਹੋ ਗਿਆ? ਹਾਂਜੀ। ਕਿੰਨੀ ਖੁਸ਼ੀ ਆ ਹੁਣ ਜਿਹੜਾ ਤੁਸੀਂ ਸੁਪਨਾ ਲਿਆ ਸੀ ਛੋਟੀ ਉਮਰ 'ਚ 4th ਕਲਾਸ 'ਚ, ਅੱਜ ਪੂਰਾ ਹੋਇਆ, ਖੁਸ਼ੀ ਕਿੰਨੀ ਕੁ? ਖੁਸ਼ੀ ਬਹੁਤ ਖੁਸ਼ੀ ਹੈ ਉਸ ਚੀਜ਼ ਦੀ ਕਿ ਹਾਂ ਹੁਣ ਮੈਂ ਜਹਾਜ਼ ਚਲਾ ਲੈਣਾ। ਹਾਂਜੀ। ਤਾਂ ਤੁਸੀਂ ਕਿਹਾ ਕਿ 4th-ਚ ਪੜ੍ਹਦੇ ਸੀ ਤੁਸੀਂ, ਹੈ ਨਾ, ਜਦੋਂ ਸੁਪਨਾ ਲਿਆ ਇਹ, ਤੇ ਉਸ ਤੋਂ ਬਾਅਦ ਮਨ 'ਚ ਰੱਖੀ ਗੱਲ ਇਹ ਐਂਡ ਤੱਕ, ਕਿਉਂਕਿ ਅਕਸਰ ਬੱਚੇ ਛੋਟੇ ਹੁੰਦੇ ਤਾਂ ਸੁਪਨਾ ਵੇਖ ਲੈਂਦੇ ਆ ਪਰ ਬਾਅਦ 'ਚ ਵਿੱਚ ਭੁੱਲ ਜਾਂਦੇ ਆ, ਤੁਸੀਂ ਮਨ 'ਚ ਰੱਖੀ ਕੰਟੀਨਿਊ? ਹਾਂਜੀ, ਮੈਂ ਮਤਲਬ ਐਂਡ ਤੱਕ ਇਹ ਗੱਲ ਰੱਖੀ ਕਿ ਹਾਂ ਮੈਂ ਪਾਇਲਟ ਹੀ ਬਣਨਾ। ਹੋਰ ਬਹੁਤ ਸਾਰੀਆਂ ਚੀਜ਼ਾਂ ਆਈਆਂ ਕਿ ਉਹ ਟਰਾਈ ਕਰ ਲਓ, ਪਰ ਨਹੀਂ, ਮੈਂ ਰੱਖਿਆ ਕਿ ਮੈਂ ਪਾਇਲਟ ਹੀ ਬਣਨਾ, ਤੇ ਫਿਰ ਹੁਣ ਐਂਡ ਤੱਕ ਮੈਂ ਪਾਇਲਟ ਦੀ ਅੜਿਆ ਰਿਹਾ। ਅੱਛਾ, ਪਾਇਲਟ ਬਣਨ ਲਈ ਕਿੰਨੀ ਕੁ ਮਿਹਨਤ ਕਰਨੀ ਪਈ, ਕਿੰਨਾ ਕੁ ਮੈਂਟਲੀ ਲੈਵਲ 'ਤੇ ਤੁਸੀਂ ਸਟਰੋਂਗ ਰਹੇ, ਜਾਂ ਕਿਵੇਂ ਬੈਲੈਂਸ ਰੱਖਿਆ ਪੜ੍ਹਾਈ ਨੂੰ ਅਤੇ ਸੋਸ਼ਲ ਲਾਈਫ ਨੂੰ, ਕਿੰਨੀ ਕੁ ਮਿਹਨਤ ਕਰਨੀ ਪਈ? ਮਿਹਨਤ ਸਭ ਤੋਂ ਪਹਿਲਾਂ ਮਤਲਬ ਇਗਜ਼ਾਮਸ ਹੁੰਦੇ ਆ ਪਾਇਲਟ ਦੇ, ਤਾਂ ਉਹਨਾਂ ਲਈ ਉਹਦੇ ਲਈ ਪੜ੍ਹਾਈ ਕਰਨੀ ਪੈਂਦੀ ਹੈ। ਤਾਂ ਮੈਂ ਪਹਿਲਾਂ ਇਗਜ਼ਾਮਸ ਕਲੀਅਰ ਕੀਤੇ, ਉਹ ਸਭ ਕੁਛ ਕੀਤਾ, ਫਿਰ ਉਹਦੇ ਬਾਅਦ ਮੈਂ ਨਿਊਜ਼ੀਲੈਂਡ ਗਿਆ। ਨਿਊਜ਼ੀਲੈਂਡ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਇਗਜ਼ਾਮ ਲਏ ਆਪਦੇ, ਉੱਥੇ 12 ਇਗਜ਼ਾਮ ਹੋਏ ਮੇਰੇ, ਮੈਂ ਉਹ ਕੀਤੇ, ਫਿਰ ਉਹਦੇ ਬਾਅਦ ਮੇਰੀ ਫਲਾਇੰਗ ਸ਼ੁਰੂ ਹੋਈ। ਫਿਰ ਫਲਾਇੰਗ 'ਚ ਵੀ ਮਤਲਬ ਪੜ੍ਹ ਕੇ ਜਾਣਾ ਪੈਂਦਾ ਸੀਗਾ, ਫਿਰ ਉਹਦੇ ਬਾਅਦ ਫਲਾਇੰਗ ਹੁੰਦੀ ਸੀ, ਆਏ ਨਹੀਂ ਕਿ ਤੁਸੀਂ ਸਿੱਧਾ ਜਾ ਕੇ ਜਹਾਜ਼ 'ਚ ਜਾ ਕੇ ਬਹਿ ਜਾਓਗੇ, ਫਿਰ ਉਹ ਮੇਰੀ ਉਵੇਂ ਫਲਾਇੰਗ ਹੋਈ। ਫਿਰ ਉਹਦੇ ਬਾਅਦ ਮੈਨੂੰ ਲਾਇਸੈਂਸ ਮਿਲਿਆ, ਟੈਸਟ ਹੁੰਦੇ ਆ ਰੈਗੂਲਰ ਬੇਸਿਸ 'ਤੇ, ਫਿਰ ਮੈਨੂੰ ਲਾਇਸੈਂਸ ਮਿਲਿਆ, ਫਿਰ ਮੈਂ ਪਾਇਲਟ ਬਣਿਆ। ਅੱਛਾ, ਪਲੱਸ ਟੂ ਦੇ ਵਿੱਚ ਕਿਹੜੇ ਸਬਜੈਕਟ ਜ਼ਰੂਰੀ ਹੈ ਇਹਦੇ ਲਈ, ਕਿਹੜੇ ਸਬਜੈਕਟਾਂ ਦੇ ਨਾਲ ਪਲੱਸ ਟੂ ਕਰਨੀ ਪੈਂਦੀ ਆ,
ਪ੍ਰੋਸੈਸ ਸਾਰਾ ਕੀ ਹੈ ਪਾਇਲਟ ਬਣਨ ਦੀ, ਜੇ ਕੋਈ ਨਵੇਂ ਬੱਚੇ ਬਣਨਾ ਚਾਹੁੰਦੇ ਆ ਤਾਂ ਕੀ ਕਿਹੜੇ ਕਿਹੜੇ ਪ੍ਰੋਸੈਸ ਚੋਂ ਲੰਘਣਾ ਪੈਂਦਾ, ਪਲੱਸ ਟੂ ਦੇ ਵਿੱਚ ਸਬਜੈਕਟ ਕਿਹੜੇ ਲੈਣੇ ਪੈਂਦੇ, ਉਸ ਤੋਂ ਬਾਅਦ ਕਿੱਥੇ ਜਾ ਕੇ ਇਹਦੀ ਟ੍ਰੇਨਿੰਗ ਹੁੰਦੀ ਆ, ਕਿਵੇਂ ਪਤਾ ਲੱਗੂਗਾ ਪਿੰਡਾਂ 'ਚ ਰਹਿਣ ਵਾਲੇ ਬੱਚਿਆਂ ਨੂੰ ਜਾਂ ਛੋਟੇ ਕਸਬੇ 'ਚ ਰਹਿਣ ਵਾਲੇ ਬੱਚਿਆਂ ਨੂੰ ਕਿ ਜੇ ਉਹ ਪਾਇਲਟ ਬਣਨਾ ਚਾਹੁੰਦੇ ਤਾਂ ਕੀ ਪ੍ਰੋਸੈਸ ਹੁੰਦਾ? ਤਾਂ ਸਭ ਤੋਂ ਪਹਿਲਾਂ ਤਾਂ 12th 'ਚ ਫਿਜ਼ਿਕਸ ਅਤੇ ਮੈਥ ਸਬਜੈਕਟ ਹੋਣਾ ਚਾਹੀਦਾ। ਜਦੋਂ ਇਹ ਦੋ ਸਬਜੈਕਟ ਤੁਹਾਡੇ ਕੋਲ ਹੈਗੇ ਆ ਫਿਰ ਤੁਸੀਂ ਪਾਇਲਟ ਬਣਨ ਲਈ ਐਲੀਜੀਬਲ ਹੋ ਸਭ ਤੋਂ ਪਹਿਲਾਂ। ਫਿਰ ਉਹਦੇ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਕੰਪਿਊਟਰ ਨੰਬਰ ਅਪਲਾਈ ਕਰਨਾ ਹੈ। ਕੰਪਿਊਟਰ ਨੰਬਰ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਮੈਡੀਕਲਸ ਲੈਣੇ ਹੈ। ਮੈਡੀਕਲਸ ਕਰਨ ਤੋਂ ਬਾਅਦ ਫਿਰ ਤੁਸੀਂ ਗਰਾਊਂਡ ਕਲਾਸਿਸ ਜਾ ਕੇ ਕਰੋ ਅਤੇ ਆਪਦੇ ਜਿਹੜੇ ਇਗਜ਼ਾਮ ਹੈ ਇੱਥੇ ਇੱਥੇ ਤੁਹਾਨੂੰ 5 ਇਗਜ਼ਾਮ ਹੈ ਇੰਡੀਆ ਦੇ ਟੋਟਲ, ਉਹ DGCA ਕੰਡਕਟ ਕਰਦਾ। ਤਾਂ ਤੁਸੀਂ 5 ਇਗਜ਼ਾਮ ਪਹਿਲਾਂ ਕਲੀਅਰ ਕਰਨੇ ਅਗਰ ਤੁਸੀਂ ਇੰਡੀਆ 'ਚ ਫਲਾਇੰਗ ਕਰਨੀ ਹੈ। ਅਤੇ ਤੁਹਾਨੂੰ ਅਗਰ ਅਬਰੋਡ ਤੋਂ ਫਲਾਇੰਗ ਕਰਕੇ ਆ ਕੇ ਇੰਡੀਆ 'ਚ ਸਿਰਫ ਕਨਵਰਜ਼ਨ ਕਰਵਾਉਣਾ, ਤੁਹਾਨੂੰ 3 ਇਗਜ਼ਾਮ ਜ਼ਰੂਰੀ ਹੈ, ਏਅਰ ਨੈਵੀਗੇਸ਼ਨ, ਏਅਰ ਮੈਟਰੋਲੋਜੀ ਅਤੇ ਏਅਰ ਰੈਗੂਲੇਸ਼ਨ। ਫਿਰ ਉਹ 3 ਇਗਜ਼ਾਮ ਕਰਨ ਤੋਂ ਬਾਅਦ ਤੁਸੀਂ ਬਾਹਰ ਆਪਦੀ ਟ੍ਰੇਨਿੰਗ ਲਈ ਜਾ ਸਕਦੇ ਹੋ। ਫਿਰ ਤੁਸੀਂ ਆਪਦੀ ਉੱਥੋਂ ਬਾਹਰੋਂ ਟ੍ਰੇਨਿੰਗ ਕਰਕੇ, ਉਹ ਅਲੱਗ ਅਲੱਗ ਕੰਟਰੀ ਦਾ ਅਲੱਗ ਅਲੱਗ ਪ੍ਰੋਸੈਸ ਹੈ ਆਪਦਾ ਆਪਦਾ, ਫਿਰ ਉੱਥੋਂ ਟ੍ਰੇਨਿੰਗ ਕਰਕੇ ਆ ਕੇ ਇੱਥੇ ਆਪਦਾ ਕਨਵਰਜ਼ਨ ਹੁੰਦਾ ਲਾਇਸੈਂਸ ਦਾ। ਤਾਂ ਇੱਥੇ ਥੋੜ੍ਹਾ ਜਿਹਾ ਕਨਵਰਜ਼ਨ ਫਲਾਇੰਗ ਹੁੰਦੀ ਹੈ ਅਤੇ ਨਾਲ ਤੁਹਾਡੇ ਮੈਡੀਕਲਸ ਵਗੈਰਾ ਸਭ ਕਰੰਟ ਹੋਣੇ ਚਾਹੀਦੇ, ਫਿਰ ਤੁਸੀਂ ਇੰਡੀਆ ਲਾਇਸੈਂਸ ਲਈ ਐਲੀਜੀਬਲ ਹੋ ਜਾਂਦੇ ਹੋ। ਤੁਸੀਂ ਨਿਊਜ਼ੀਲੈਂਡ ਹੀ ਕਿਉਂ ਚੁਣਿਆ ਕਿ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਮੈਂ ਟ੍ਰੇਨਿੰਗ ਕਰਨੀ ਹੈ, ਪੜ੍ਹਾਈ ਕਰਨੀ ਹੈ? ਮੈਨੂੰ ਸ਼ੁਰੂ ਤੋਂ ਆਈ ਸੀ ਕਿ ਮਤਲਬ ਨਿਊਜ਼ੀਲੈਂਡ ਇੱਕ ਸੋਹਣਾ ਦੇਸ਼ ਹੈ ਅਤੇ ਫਲਾਇੰਗ ਮਤਲਬ ਸਾਰਾ ਇੱਕ ਬਾਹਰ ਹੀ ਆਪਾਂ ਦੇਖਣਾ ਹਵਾ ਚੋਂ। ਤਾਂ ਮੈਨੂੰ ਆਇਆ ਸੀਗਾ ਕਿ ਕਿਸੇ ਅੱਛੇ ਦੇਸ਼ 'ਚ ਹੋਵੇ ਜਿਹੜਾ ਸੋਹਣਾ ਹੋਵੇ, ਤਾਂ ਕਰਕੇ ਮੈਂ ਨਿਊਜ਼ੀਲੈਂਡ ਚੁਣਿਆ ਕਿ ਹਾਂ ਉਹ ਸੁੰਦਰ ਵੀ ਹੈ, ਕਿਉਂਕਿ ਇੰਡੀਆ 'ਚ ਤਾਂ ਬਾਅਦ 'ਚੋਂ ਵੀ ਆ ਕੇ ਮਤਲਬ ਫਲਾਇੰਗ ਕਰਨੀ ਹੈ। ਅਤੇ ਪਲੱਸ ਨਿਊਜ਼ੀਲੈਂਡ ਜਿਹੜੇ ਮੈਨੂੰ ਏਅਰਕ੍ਰਾਫਟ ਜਿਹੜੀ ਮੇਰੀ ਫਲਾਇੰਗ ਹੋਈ ਉਹ ਸਾਰੇ ਗਲਾਸ ਕੋਕਪਿਟਸ ਮਤਲਬ ਬਹੁਤ ਐਡਵਾਂਸ ਏਅਰਕ੍ਰਾਫਟ ਸੀਗੇ, ਤਾਂ ਕਰਕੇ ਵੀ ਮੈਂ ਇੱਕ ਨਿਊਜ਼ੀਲੈਂਡ ਚੁਣਿਆ। ਪਹਿਲਾਂ ਤੁਸੀਂ ਪੜ੍ਹਾਈ ਕੀਤੀ, ਪਰ ਜਦੋਂ ਪਹਿਲੀ ਵਾਰ ਤੁਹਾਡੀ ਟ੍ਰੇਨਿੰਗ ਹੋਈ, ਪਹਿਲੀ ਵਾਰ ਤੁਹਾਨੂੰ ਜਹਾਜ਼ ਕਹਿ ਸਕਦੇ ਕਿ ਫੜਾਇਆ ਗਿਆ, ਤਾਂ ਉਦੋਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ? ਜਿਹੜਾ ਤੁਸੀਂ ਸੁਪਨਾ ਬਚਪਨ ਤੋਂ ਲਿਆ ਸੀ ਜਹਾਜ਼ ਚਲਾਉਣ ਦਾ, ਪਹਿਲੀ ਵਾਰ ਜਦੋਂ ਜਹਾਜ਼ 'ਚ ਬੈਠੇ ਤਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ, ਕਿੰਨਾ ਕੁ ਉਦੋਂ ਮਨ ਮਹਿਸੂਸ ਹੋਇਆ, ਕਿੰਨਾ ਕੀ ਲੱਗਿਆ ਉਦੋਂ ਮਨ ਨੂੰ? ਉਦੋਂ ਸਭ ਤੋਂ ਪਹਿਲਾਂ ਤਾਂ ਜਦੋਂ ਟੇਕ ਆਫ ਹੋਇਆ ਥੋੜ੍ਹਾ ਡਰ ਲੱਗਿਆ, ਪਰ ਫਿਰ ਹੌਲੀ ਹੌਲੀ ਉਸ ਚੀਜ਼ ਦੀ ਆਦਤ ਹੋ ਗਈ ਅਤੇ ਮਜ਼ਾ ਆਉਣ ਲੱਗਿਆ ਉਸ ਚੀਜ਼ 'ਚ। ਫਿਰ ਮਤਲਬ ਉੱਥੇ 13-14 ਘੰਟੇ ਬਾਅਦ ਸਾਨੂੰ ਸੋਲੋ ਮਿਲਦਾ, ਫਿਰ ਮੈਨੂੰ ਜਦੋਂ ਸੋਲੋ ਮਿਲਿਆ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਉਦੋਂ ਹੋਈ ਕਿ ਹਾਂ ਅੱਜ ਮੈਂ ਏਅਰਕ੍ਰਾਫਟ ਇਕੱਲੇ ਬਹਿ ਕੇ ਉਡਾਇਆ। ਮਤਲਬ ਉਹ ਨਾਲ ਇੱਕ ਇੰਸਟ੍ਰਕਟਰ ਹੁੰਦਾ ਸੀਗਾ, ਪਰ ਉਸ ਦਿਨ ਮੇਰੇ ਨਾਲ ਕੋਈ ਇੰਸਟ੍ਰਕਟਰ ਨਹੀਂ ਸੀ, ਕੋਈ ਨਹੀਂ ਸੀ, ਮੈਂ ਏਅਰਕ੍ਰਾਫਟ ਨੂੰ ਖੁਦ ਟੇਕ ਆਫ ਕੀਤਾ, ਖੁਦ ਲੈਂਡ ਕੀਤਾ। ਹਾਂਜੀ, ਉਹ ਵੱਡੀ ਅਚੀਵਮੈਂਟ ਸੀ। ਹਾਂਜੀ। ਅੱਛਾ, ਅਕਸਰ ਜਦੋਂ ਆਪਾਂ ਵੇਖਦੇ ਹਾਂ ਚਰੋੜ ਦੇ ਚੜ੍ਹਦੇ ਹਾਂ ਤਾਂ ਬੜਾ ਲੱਤਾਂ ਵੀ ਕੰਬਦੀਆਂ ਤੇ ਦਿਲ ਨੂੰ ਵੀ ਕੁਛ ਹੋਰ ਹੁੰਦਾ ਹਨਾ, ਬਾਅਦ ਤੁਸੀਂ ਜਦੋਂ ਜਹਾਜ਼ ਚਲਾਉਂਦੇ ਉਦੋਂ ਨਹੀਂ ਫਿਰ ਇਹੋ ਜਿਹੀ ਕੋਈ ਗੱਲ ਹੁੰਦੀ? ਜਹਾਜ਼ 'ਚ ਵੀ ਹੁੰਦਾ ਮਤਲਬ ਡਰ ਤਾਂ ਲੱਗਦਾ ਹੀ ਹੈ, ਕਿਉਂਕਿ ਹਵਾ 'ਚ ਕੁਛ ਵੀ ਹੋ ਸਕਦਾ ਜਹਾਜ਼ ਨੂੰ, ਕਿਉਂਕਿ ਹੈ ਤਾਂ ਐਟ ਲਾਸਟ ਇੱਕ ਮਸ਼ੀਨ ਹੀ ਹੈ, ਕੁਛ ਵੀ ਹੋ ਸਕਦਾ, ਪਰ ਹਾਂ ਡਰ ਕੇ ਨਹੀਂ ਸਭ ਕੁਛ ਹੁੰਦਾ, ਤਾਂ ਕਰਕੇ ਹਾਂਜੀ ਡਰ ਕੇ ਅੱਗੇ ਜੀਤਾ। ਤਾਂ ਤੁਸੀਂ ਹੁਣ ਪਾਇਲਟ ਬਣ ਗਏ, ਅੱਗੇ ਪ੍ਰੋਸੈਸ ਕੀ ਹੋਊਗਾ, ਜਿਵੇਂ ਜੋਬ ਵਗੈਰਾ ਦਾ ਕੀ ਪ੍ਰੋਸੈਸ ਹੁੰਦਾ? ਲਾਇਸੈਂਸ ਤੁਹਾਨੂੰ ਭਾਵੇਂ ਮਿਲ ਗਿਆ, ਪਰ ਅੱਗੇ ਜੋਬ ਮਿਲਣ ਲਈ ਪ੍ਰੋਸੈਸ ਕੀ ਹੁੰਦਾ? ਦਾ ਜੋਬ ਲਈ ਇੰਟਰਵਿਊਜ਼ ਆਉਂਦੀਆਂ, ਕੰਪਨੀ ਦੀ ਵੈਕੈਂਸੀਜ਼ ਆਉਂਦੀਆਂ, ਜਿਵੇਂ ਇੰਡੀਗੋ, ਵਿਸਤਾਰ, ਏਅਰ ਇੰਡੀਆ, ਸਾਰੀਆਂ ਕੰਪਨੀਜ਼ ਹੈ, ਇਹ ਸਭ ਆਪਦੀਆਂ ਵੈਕੈਂਸੀਜ਼ ਦਿੰਦੀਆਂ, ਫਿਰ ਉਹਨਾਂ ਜਾ ਕੇ ਇੰਟਰਵਿਊ ਟੈਸਟ ਹੁੰਦੇ ਆ, ਫਿਰ ਉਹ ਅੱਗੇ ਜਾ ਕੇ ਹਾਇਰ ਕਰ ਲੈਂਦੀਆਂ। ਆਪਾਂ ਕੰਪਨੀਆਂ ਵੀ ਅਲੱਗ ਅਲੱਗ ਆ ਹਨਾ, ਕੋਈ ਚੰਗੀ ਕੰਪਨੀ ਵੀ ਆ, ਕੋਈ ਥੋੜ੍ਹੀ ਜਿਹੀ ਘੱਟ ਵਧੀਆ ਹੈਗੀ, ਕੰਪਨੀਆਂ ਦਾ ਜਿਹੜਾ ਕੀ ਹੁੰਦਾ, ਉਹਨਾਂ ਦਾ ਕ੍ਰਾਈਟੇਰੀਆ ਕੀ ਹੁੰਦਾ ਹੈਗਾ, ਕੀ ਉਹ ਮਤਲਬ ਕੀ ਚਾਹੁੰਦੇ ਆ ਇੱਕ ਚੰਗੇ ਪਾਇਲਟ ਦੇ ਲਈ, ਚੰਗੀ ਕੰਪਨੀ ਹੈ ਜਿਹੜੀ ਉਹ ਕੀ ਚਾਹੁੰਦੀ ਹੈਗੀ ਇੱਕ ਪਾਇਲਟ ਤੋਂ, ਕੀ ਉਮੀਦ ਕਰਦੀ ਆ, ਕੀ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟ ਆ ਜਿਹੜੀਆਂ ਤੁਹਾਨੂੰ ਉਹ ਪੂਰੀਆਂ ਕਰਨੀਆਂ ਪੈਂਦੀਆਂ? ਤਾਂ ਸਭ ਤੋਂ ਪਹਿਲਾਂ ਤਾਂ ਉਹ ਇੰਟਰਵਿਊ ਲੈਂਦੇ ਆ ਕਿ 1-on-1 ਕਰਦੇ ਕਿ ਹਾਂ ਇਹਨੂੰ ਕਿੰਨੀ ਕੁ ਨੌਲੇਜ ਹੈ, ਕਿੰਨਾ ਕੌਨਫੀਡੈਂਸ ਹੈ, ਕਿਵੇਂ ਹੈ ਸਭ ਕੁਛ, ਅਤੇ ਕੁਛ ਰਿਟਨ ਟੈਸਟ ਵੀ ਲੈਂਦੇ ਕਿ ਸਭ ਕੁਛ ਸਹੀ ਹੈ ਕਿ ਨਹੀਂ ਹੈ,
ਤੇ ਫਿਰ ਉਹਦੇ ਬਾਅਦ ਹੀ ਉਹ ਹਾਇਰ ਕਰਦੇ ਕਿ ਹਾਂ ਠੀਕ ਹੈ ਤੇ ਮੈਡੀਕਲ ਵਗੈਰਾ ਸਭ ਕਰੰਟ ਹੋਣੇ ਚਾਹੀਦੇ ਆ, ਇੰਡੀਅਨ ਲਾਇਸੈਂਸ ਚਾਹੀਦਾ ਇੱਕ। ਅੱਛਾ, ਬਹੁਤ ਸਾਰੇ ਇਗਜ਼ਾਮ ਹੁੰਦੇ ਆ ਜਿਹੜੇ ਬੱਚੇ ਸੋਚਦੇ ਆ, ਜਿਵੇਂ UPSC ਦਾ ਇਗਜ਼ਾਮ ਆ ਜਾਂ ਡਾਕਟਰ ਬਣਨਾ ਕਿਸੇ ਨੇ, ਕਾਫੀ ਔਖਾ ਹੁੰਦਾ, ਤਾਂ ਇੱਕ ਮਨ ਦੇ ਵਿੱਚ ਬੱਚਿਆਂ ਨੂੰ ਇਹ ਹੁੰਦਾ ਡਰ ਕੇ ਯਾਰ ਪਤਾ ਨਹੀਂ ਕਰਾਂਗੇ ਪਤਾ ਨਹੀਂ। ਪਾਇਲਟ ਬਣਨ ਦੇ ਲਈ ਕਿੱਡਾ ਕੁ ਵੱਡਾ ਕੰਮ ਆ ਇਹ, ਤੁਸੀਂ ਤਾਂ ਬਣੇ ਹੋ, ਕਿੱਡਾ ਕੁ ਵੱਡਾ ਕੰਮ ਆ ਵੀ ਬਣ ਸਕਦਾ ਕੋਈ ਵੀ? ਕੋਈ ਵੀ ਬਣ ਸਕਦਾ, ਇਹ ਤਾਂ ਨਹੀਂ ਹੈਗਾ ਕਿ ਕੋਈ ਨਹੀਂ ਬਣ ਸਕਦਾ। ਬਸ ਮਤਲਬ ਕਦੇ ਕਦੇ ਕਿਸੇ ਕਿਸੇ ਚੀਜ਼ ਨੂੰ ਟਾਈਮ ਲੱਗ ਜਾਂਦਾ, ਜਿਵੇਂ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਮੇਰਾ ਸੋਲੋ ਸਟੇਜ ਸੀ 12-13 ਘੰਟੇ ਤੇ, ਤਾਂ ਉਦੋਂ ਮੈਂ ਸੋਲੋ ਚਲਾਇਆ, ਤਾਂ ਕਿਸੇ ਕਿਸੇ ਬੱਚੇ ਨੂੰ ਟਾਈਮ ਲੱਗ ਜਾਂਦਾ, ਉਦੋਂ ਕੋਈ ਕੋਈ ਬੱਚਾ ਉਹਦਾ ਕੋਨਫੀਡੈਂਸ ਹਾਰ ਜਾਂਦਾ ਕਿ ਮੇਰੇ ਤੋਂ ਨਹੀਂ ਹੋ ਰਿਹਾ। ਕਿਸੇ ਨੂੰ ਕਿਸੇ ਚੀਜ਼ ਟਾਈਮ ਲੱਗ ਜਾਂਦਾ, ਬਸ ਉਹ ਆਪਦਾ ਲੱਗੇ ਰਹੋ, ਛੱਡੋ ਨਾ ਫਲਾਇੰਗ ਨੂੰ ਮਤਲਬ। ਅੱਛਾ, ਜਿਵੇਂ ਤੁਸੀਂ ਭਦੌੜ ਦੇ ਵਿੱਚ ਰਹਿੰਦੇ ਹੋ ਹਨਾ, ਭਦੌੜ ਆਪਾਂ ਇੱਕ ਛੋਟਾ ਜਿਹਾ ਕਸਬਾ ਭੰਡਾਰਗਾ, ਇੱਥੇ ਤਾਂ ਆਪਣੇ ਆਲੇ ਦੁਆਲੇ ਵੀ ਹਨਾ ਨੇੜੇ ਨੇੜੇ ਕੋਈ ਪਾਇਲਟ ਨਹੀਂ ਹੈਗਾ, ਕਿਵੇਂ ਫਿਰ ਤੁਹਾਨੂੰ ਇਕੱਲਿਆਂ ਨੂੰ ਕਿੰਨਾ ਕੁ ਔਖਾ ਲੱਗਿਆ, ਕਿਉਂਕਿ ਆਪਣੇ ਪੇਰੈਂਟਸ ਨੂੰ ਵੀ ਇਸ ਲੈਣ ਦੇ ਵਿੱਚ ਨਹੀਂ ਹੁੰਦੇ, ਕੋਈ ਹੋਰ ਵੀ ਨਹੀਂ ਹੁੰਦਾ ਫਰੈਂਡ ਸਰਕਲ ਦੇ ਵਿੱਚ, ਤੁਸੀਂ ਫਿਰ ਕਿਵੇਂ ਪਾਇਲਟ ਤੱਕ ਹੋਰਾਂ ਤੱਕ ਸੀਨੀਅਰ ਤੱਕ ਪਹੁੰਚ ਕੀਤੀ, ਤੇ ਕਿੰਨਾ ਕੁ ਔਖਾ ਲੱਗਿਆ ਕਿ ਇੱਕ ਵੱਖਰੀ ਲੈਣ ਸੀ ਜਿਹੜੀ ਤੁਹਾਡੀ? ਪਹਿਲਾਂ ਸਟਾਰਟਿੰਗ ਦਾ ਥੋੜਾ ਔਖਾ ਲੱਗਿਆ, ਬਟ ਅੱਜ ਕੱਲ ਨੈਟ ਤੇ ਸਭ ਕੁਝ ਮਿਲ ਜਾਂਦਾ, ਤਾਂ ਮੈਂ ਯੂਟਿਊਬ ਤੋਂ ਲੱਭੇ ਪਾਇਲਟਸ ਕੁਝ, ਉਹਨਾਂ ਤੋਂ ਮਤਲਬ ਦੇਖਿਆ ਕਿ ਕਿਵੇਂ ਬਣਦੇ ਆ। ਫਿਰ ਉਹਦੇ ਬਾਅਦ ਮੈਂ ਇੱਥੋਂ ਨੇੜੇ ਤੇੜੇ ਆਪਣੇ ਪਿੰਡਾਂ ਚੋਂ ਇੱਕ ਦੋ ਪਾਇਲਟਸ ਨਾਲ ਮੇਰੀ ਗੱਲ ਹੋਈ ਕਿ ਕਿਵੇਂ ਕਿਵੇਂ ਸਟਾਰਟ ਕਰਾਂ ਕਿਵੇਂ ਕਰਾਂ। ਫਿਰ ਉਹਦੇ ਬਾਅਦ ਮੈਂ ਦਿੱਲੀ ਜਦੋਂ ਗਰਾਊਂਡ ਕਲਾਸਿਸ ਲਈ ਗਿਆ ਆਪਦੀਆਂ, ਤਾਂ ਉੱਥੇ ਮੈਨੂੰ ਮੇਰੇ ਟੀਚਰਸ ਨੇ ਸਭ ਕੁਝ ਸਮਝਾਇਆ ਕਿ ਕੀ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ, ਤਾਂ ਹੌਲੀ ਹੌਲੀ ਕਰਕੇ ਸਭ ਕੁਝ ਹੋ ਜਾਂਦਾ। ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਪਲੱਸ ਟੂ ਤੋਂ ਬਾਅਦ ਸਾਰਾ ਪ੍ਰੋਸੈਸ, ਟੈਸਟ ਸਾਰੇ ਇੰਡੀਆ 'ਚ ਦਿੱਤੇ ਉਹ ਵੀ, ਅਤੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਟ੍ਰੇਨਿੰਗ ਕੀਤੀ, ਸਟੱਡੀ ਕੀਤੀ, ਉਹ ਵੀ ਸਾਰਾ ਕਿੰਨਾ ਟਾਈਮ ਲੱਗ ਗਿਆ ਪਲੱਸ ਟੂ ਤੋਂ ਬਾਅਦ? ਮੈਨੂੰ 1.5-2 ਸਾਲ ਲੱਗ ਗਏ ਪਲੱਸ ਟੂ ਤੋਂ ਬਾਅਦ ਸਭ ਕੁਝ ਕਰਨ 'ਚ ਇੰਡੀਆ 'ਚ। ਪਲੱਸ ਟੂ ਤੋਂ ਬਾਅਦ 2 ਸਾਲ ਹੀ ਲੱਗੇ? ਹਾਂਜੀ, ਪਲੱਸ ਟੂ ਤੋਂ ਬਾਅਦ 2 ਸਾਲ ਪਲੱਸ 'ਚ ਹੋ ਗਿਆ। ਹਾਂਜੀ ਹਾਂਜੀ ਹਾਂਜੀ, ਇਸ ਤੋਂ ਵੀ ਫਾਸਟ ਹੋ ਸਕਦਾ ਜੇ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇ ਅਤੇ ਤੁਸੀਂ ਥੋੜ੍ਹਾ ਜਿਹਾ ਮਤਲਬ ਆਪਦਾ ਹਾਰਡ ਵਰਕ ਰੱਖੋ, ਸਭ ਕੁਝ ਟਾਈਮਲੀ ਮੈਨਰ ਨਾਲ ਕਰੋ, ਤਾਂ ਇਸ ਤੋਂ ਵੀ ਫਾਸਟ ਹੋ ਸਕਦਾ। 10th ਤੇ ਪਲੱਸ ਟੂ ਕਿੱਥੋਂ ਕੀਤੀ? ਮੈਂ 10th ਪੈਸਲਵੀਡ ਕਾਲਜ ਦੇਹਰਾਦੂਨ ਤੋਂ ਕੀਤੀ, ਤੇ ਮੈਂ ਪਲੱਸ ਟੂ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਤੋਂ ਕੀਤੀ। ਅੱਛਾ, ਥੋੜੇ ਸ਼ਬਦਾਂ ਦੇ ਵਿੱਚ ਜਿਹੜੇ ਬੱਚੇ ਬਣਨਾ ਚਾਹੁੰਦੇ ਆ, ਪਹਿਲੇ ਇਸ ਲੈਣ 'ਚ ਆਉਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਮਤਲਬ ਇਹ ਵੀ ਵਧੀਆ ਲਾਈਨ ਹੈ, ਇਹ ਕੋਈ ਐਕਸਪਲੋਰ ਨਹੀਂ ਕਰਦਾ, ਤਾਂ ਮੈਂ ਕਹੂੰਗਾ ਕਿ ਸਾਰਿਆਂ ਨੂੰ ਇਹ ਜਿਹਨਾਂ ਨੂੰ ਮਤਲਬ ਇੰਟਰਸਟ ਹੈ ਉਹਨਾਂ ਨੂੰ ਇਹ ਲਾਈਨ ਐਕਸਪਲੋਰ ਕਰਨੀ ਚਾਹੀਦੀ ਹੈ ਅਤੇ ਪਾਇਲਟ ਬਣਨਾ ਚਾਹੀਦਾ। ਤਾਂ ਜਦੋਂ ਤੁਸੀਂ ਲਾਇਸੈਂਸ ਤੁਹਾਨੂੰ ਮਿਲਿਆ, ਜਦੋਂ ਜਿਹੜੀ ਟਾਰਗੇਟ ਤੁਸੀਂ ਅਚੀਵ ਕੀਤਾ, ਜਦੋਂ ਟਾਰਗੇਟ ਅਚੀਵ ਕੀਤਾ, ਮਨ ਨੂੰ ਕਿੰਨੀ ਕੁ ਸੰਤੁਸ਼ਟੀ ਹੋਈ, ਕਿੰਨੀ ਕੁ ਖੁਸ਼ੀ ਹੋਈ? ਫਿਰ ਮਨ ਨੂੰ ਸੰਤੁਸ਼ਟੀ ਹੋਈ ਕਿ ਹਾਂ ਜਿਹੜਾ ਕੰਮ ਕਰਨਾ ਇਸ ਮਤਲਬ ਹੋ ਗਿਆ, ਲਾਇਸੈਂਸ ਮਿਲ ਗਿਆ ਅਤੇ। ਹਾਂਜੀ, ਅਕਸਰ ਨਾ ਆਪਣੇ ਕਈ ਪੇਰੈਂਟਸ ਨੂੰ ਹੁੰਦਾ ਕਿ ਪਾਇਲਟ ਜਹਾਜ਼ ਚਲਾਉਣਾ, ਹਰ ਵਕਤ ਉੱਪਰ ਰਹਿਣਾ, ਪੇਰੈਂਟਸ ਕੀ ਕਹਿੰਦੇ ਸੀਗੇ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਂ ਪਾਇਲਟ ਬਣਨਾ ਗਾ, ਉਹਦੀ ਤੁਸੀਂ ਸਟੱਡੀ ਕੀਤੀ, ਪੇਰੈਂਟਸ ਦੀ ਸਪੋਰਟ ਸੀ ਪੂਰੀ? ਪਹਿਲਾਂ ਪੇਰੈਂਟਸ ਨੂੰ ਐਂ ਹੋਇਆ ਕਿ ਮਤਲਬ ਥੋੜ੍ਹੀ ਅਲੱਗ ਲਾਈਨ ਹੈਗੀ ਹੈ, ਪਰ ਫਿਰ ਉਹਨਾਂ ਨੇ ਸਪੋਰਟ ਫੁੱਲ ਕੀਤੀ ਕਿ ਹਾਂ, ਕਿਉਂਕਿ ਮੈਂ ਉਹਨਾਂ ਨੂੰ ਦਿਖਦਾ ਸੀਗਾ ਕਿ ਮੈਂ ਵੀ ਆਪ ਲੱਭ ਰਿਹਾ ਕਿਵੇਂ ਕੀ ਹੋਊਗਾ, ਫਿਰ ਉਹਨਾਂ ਨੇ ਵੀ ਅੱਗੋਂ ਸਪੋਰਟ ਕਰਨੀ ਸ਼ੁਰੂ ਕੀਤੀ, ਇੰਟਰਸਟ ਸੀ ਜ਼ਿਆਦਾ। ਹਾਂਜੀ, ਤਾਂ ਉਹਨਾਂ ਨੇ ਵੀ ਫਿਰ ਸਪੋਰਟ ਕੀਤੀ ਕਿ ਠੀਕ ਹੈ, ਹੁਣ ਜਦੋਂ ਕਰ ਰਿਹਾ ਤਾਂ ਫਿਰ ਚੰਗੀ ਤਰ੍ਹਾਂ ਕਰਨਾ ਚਾਹੀਦਾ। ਫਿਰ ਅੱਜ ਪਾਇਲਟ ਬਣ ਕੇ ਪਿੰਡ ਪਹੁੰਚ ਚੁੱਕੇ ਹੋ ਭਦੌੜ ਦੇ ਵਿੱਚ, ਕਿੰਨਾ ਕੁ ਮਾਣ ਮਹਿਸੂਸ ਹੁੰਦਾ? ਪੇਰੈਂਟਸ ਨੂੰ ਅੱਜ ਲੋਕ ਆ ਕੇ ਵਧਾਈਆਂ ਦੇ ਰਹੇ ਆ, ਤੁਹਾਡੇ ਕੋਲ ਮੀਡੀਆ ਵੀ ਆ ਰਿਹਾ, ਤੁਹਾਨੂੰ ਵਧਾਈਆਂ, ਤੁਹਾਡੇ ਪੇਰੈਂਟਸ ਨੂੰ ਵਧਾਈਆਂ ਦੇਣ ਦੇ ਲਈ ਬਹੁਤ ਵੱਡੇ ਵੱਡੇ ਲੋਕ ਹਨ, ਲੋਕ ਆ ਰਹੇ ਆ, ਕਿੰਨਾ ਕੁ ਮਾਣ ਮਹਿਸੂਸ ਹੁੰਦਾ ਆਪਣੇ ਆਪ 'ਤੇ? ਵਧੀਆ ਲੱਗਦਾ ਕਿ ਹਾਂ ਸਭ ਘਰਦਿਆਂ ਨੂੰ ਵਧਾਈਆਂ ਦਿੰਦੇ ਆ। ਅੱਛਾ, ਨਿਊਜ਼ੀਲੈਂਡ ਦਾ ਸਫ਼ਰ ਕਿਵੇਂ ਰਿਹਾ? ਉੱਥੇ ਪੜ੍ਹਾਈ ਦਾ ਮਾਹੌਲ ਵਧੀਆ ਸੀ,
ਇੰਡੀਆ ਦੇ ਵਿੱਚੋਂ ਜੇ ਕਿਸੇ ਨੇ ਕਰਨਾ ਹੋਵੇ ਇੰਡੀਆ 'ਚ ਵੀ ਹੋ ਸਕਦਾ? ਹਾਂਜੀ ਇੰਡੀਆ 'ਚ ਵੀ ਹੋ ਸਕਦੀ ਹੈ ਟ੍ਰੇਨਿੰਗ ਮਤਲਬ, ਪਰ ਨਿਊਜ਼ੀਲੈਂਡ 'ਚ ਆਈ ਸੀਗਾ ਕਿ ਇੱਕ ਤਾਂ ਉੱਥੇ ਥੋੜ੍ਹਾ ਵੈਦਰ ਅੱਛਾ ਰਹਿੰਦਾ ਪੂਰੇ ਸਾਲ, ਤਾਂ ਟ੍ਰੇਨਿੰਗ ਥੋੜ੍ਹੀ ਜਿਹੀ ਫਾਸਟ ਹੋ ਜਾਂਦੀ ਹੈ ਇੰਡੀਆ ਨਾਲੋਂ, ਅਤੇ ਉੱਥੇ ਜਿਹੜੇ ਏਅਰਕ੍ਰਾਫਟ ਸੀਗੇ ਉਹ ਐਡਵਾਂਸ ਸੀਗੇ ਥੋੜ੍ਹੇ ਜਿਹੇ, ਮਤਲਬ ਉਹਨਾਂ 'ਚ ਆਟੋ ਪਾਇਲਟ ਜਿਹੇ ਫੀਚਰ ਸੀਗੇ, ਸਕਰੀਨਸ ਲੱਗੀਆਂ ਹੋਈਆਂ ਸੀ, ਗਲਾਸ ਕੋਕਪਿਟ ਸੀ ਜਿਹੜਾ ਅੱਗੇ ਏਅਰਲਾਈਨ 'ਚ ਵੀ ਹੈਲਪ ਕਰੂਗਾ, ਕਿ ਨਹੀਂ ਤਾਂ ਜੇ ਨੋਰਮਲ ਤੁਸੀਂ ਕਿਸੇ ਵੀ ਫਲਾਇੰਗ ਸਕੂਲ ਜਾਓਗੇ ਤਾਂ ਉੱਥੇ ਹਲੇ ਵੀ ਐਨਾਲੋਗ ਇੰਸਟਰੂਮੈਂਟਸ ਯੂਜ਼ ਕਰ ਰਹੇ ਆ। ਇੱਕ ਇਹ ਕੋਸਟਲੀ ਬਹੁਤ ਹੈ ਹਨਾ, ਬਹੁਤ ਜ਼ਿਆਦਾ ਖਰਚਾ ਆ ਜਾਂਦਾ, ਅਤੇ ਇਹ ਦੱਸਿਓ ਕਿ ਬਹੁਤ ਸਾਰੇ ਬੱਚੇ ਆਪਣੇ ਇੰਡੀਆ ਦੇ ਵਿੱਚ ਅਨਇੰਪਲਾਈਮੈਂਟ ਦਾ ਜਿਹੜਾ ਇਸ਼ੂ ਹੈਗਾ, ਬਹੁਤ ਸਾਰੇ ਬੱਚੇ ਬੇਰੁਜ਼ਗਾਰ ਆ, ਡਿਗਰੀਆਂ ਉਹਨਾਂ ਕੋਲ ਹੈਗੀਆਂ ਨੇ ਪਰ ਜੋਬ ਨਹੀਂ ਮਿਲਦੀ, ਜਦੋਂ ਤੁਹਾਡੇ ਕੋਲ ਪਾਇਲਟ ਦਾ ਲਾਇਸੈਂਸ ਆ ਜਾਂਦਾ ਤਾਂ ਸ਼ੋਰ ਆ ਕਿ ਜੋਬ ਮਿਲ ਜਾਂਦੀ ਹੈ? ਸ਼ੋਰ ਤਾਂ ਦੇਖੋ ਕੁਛ ਵੀ ਨਹੀਂ ਹੈਗਾ, ਪਰ ਮਤਲਬ ਤੁਸੀਂ ਅੱਗੇ ਦੀ ਫਿਰ ਅੱਗੇ ਮਿਹਨਤ ਕਰਦੇ ਰਹੋਗੇ ਤਾਂ ਜੋਬ ਮਿਲ ਜੂਗੀ, ਇੰਨਾ ਵੀ ਔਖਾ ਨੀਗਾ, ਤੇ ਹੁਣ ਹੌਲੀ ਹੌਲੀ ਇੰਡੀਆ 'ਚ ਏਵੀਏਸ਼ਨ ਦੀਆਂ ਜੋਬਸ ਖੁੱਲ ਰਹੀਆਂ, ਮਤਲਬ ਕਿਤੇ ਨਾ ਕਿਤੇ ਜਿਹੜਾ ਬੰਦਾ ਸਿਲੈਕਟ ਹੋ ਹੀ ਜਾਂਦਾ। ਹਾਂਜੀ ਹਾਂਜੀ ਹਾਂਜੀ, ਲਾਇਸੈਂਸ ਹੋਵੇ ਤੁਹਾਡੇ ਕੋਲ ਸਿਲੈਕਸ਼ਨ ਕਿਤੇ ਨਾ ਕਿਤੇ ਹੋ ਜਾਂਦਾ। ਹਾਂਜੀ ਹਾਂਜੀ, ਫਿਰ ਮਤਲਬ ਚਾਹੇ ਫਿਰ ਤੁਹਾਨੂੰ ਕੋਈ ਫਲਾਇੰਗ ਸਕੂਲ 'ਚ ਤੁਸੀਂ ਇੰਸਟ੍ਰਕਟਰ ਲੱਗ ਜਾਓ, ਚਾਹੇ ਕੋਈ ਏਅਰਲਾਈਨ ਲੈ ਲਏ, ਚਾਹੇ ਕੋਈ ਛੋਟੀ ਏਅਰਲਾਈਨ ਲੈ ਲਏ, ਵੱਡੀ ਏਅਰਲਾਈਨ ਲੈ ਲਏ, ਫਿਰ ਉਹ ਥੋੜ੍ਹਾ ਬਹੁਤ ਫਰਕ ਰਹਿ ਜਾਂਦਾ ਜੀ। ਤਾਂ ਅਖੀਰ ਦੇ ਵਿੱਚ ਯੂਥ ਨੂੰ ਤੁਸੀਂ ਸੁਨੇਹਾ ਕੀ ਦਿਓਗੇ, ਕਿਉਂਕਿ ਅੱਜ ਕੱਲ੍ਹ ਯੂਥ ਆਪਾਂ ਦੇਖਿਆ ਕਿ ਜ਼ਿਆਦਾਤਰ ਟ੍ਰੈਂਡ ਆ ਜਿਹੜਾ ਆਈਲੈਟਸ ਦਾ, ਹਰ ਕੋਈ ਚਾਹੁੰਦਾ ਕਿ ਸਾਡਾ ਫਿਊਚਰ ਤਾਂ ਬਾਹਰ ਜਾ ਕੇ ਬਣਨਾ, ਪਰ ਇੱਥੇ ਰਹਿ ਕੇ ਵੀ ਬਹੁਤ ਸਾਰੇ ਬੱਚੇ ਯੂ ਪੀ ਐੱਸ ਸੀ ਦੇ ਵਰਗੇ ਟੈਸਟ ਦੇ ਦਿੰਦੇ ਆ, ਕੋਈ ਪਟਵਾਰੀ ਲੱਗਦਾ ਲੱਗਦਾ ਕੋਈ ਜੱਜ ਬਣ ਜਾਂਦਾ ਹਨਾ, ਅਤੇ ਤੁਸੀਂ ਪਾਇਲਟ ਬਣੇ ਹੋ, ਕੀ ਸੁਨੇਹਾ ਦਿਓਗੇ ਯੂਥ ਨੂੰ ਕਿ ਜਿਹਨਾਂ ਨੂੰ ਲੱਗਦਾ ਕਿ ਬਾਹਰ ਹੀ ਸਾਡਾ ਫਿਊਚਰ ਠੀਕ ਹੈ? ਕਿ ਇੰਡੀਆ 'ਚ ਵੀ ਮਤਲਬ ਬਹੁਤ ਕੁਛ ਹੈਗਾ, ਤੁਸੀਂ ਬਾਹਰੋਂ ਪੜ੍ਹਾਈ ਕਰਕੇ ਆ ਕੇ ਇੰਡੀਆ 'ਚ ਆ ਕੇ ਵੀ ਬਾਅਦ 'ਚੋਂ ਸੈਟਲ ਹੋ ਸਕਦੇ ਹੋ, ਇੰਡੀਆ 'ਚ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈਗੀਆਂ, ਤਾਂ ਮੈਂ ਕਹੂੰਗਾ ਕਿ ਸਾਰਿਆਂ ਨੂੰ ਇੰਡੀਆ 'ਚ ਪਹਿਲਾਂ ਟਰਾਈ ਕਰਨਾ ਚਾਹੀਦਾ। ਕਿ ਵੰਸ਼ ਗਰਗ ਦੇ ਮਾਤਾ ਪਿਤਾ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਹੁਤ ਬਹੁਤ ਮੁਬਾਰਕਾਂ ਜੀ, ਬੇਟਾ ਪਾਇਲਟ ਬਣੇ। ਥੈਂਕ ਯੂ ਜੀ, ਥੈਂਕ ਯੂ ਸਾਰੇ ਵਿਊਅਰਸ ਨੂੰ, ਸਤਿ ਸ੍ਰੀ ਅਕਾਲ। ਤੇ ਕਿੰਨੀ ਕੁ ਖੁਸ਼ੀ ਹੋਈ ਜਦੋਂ ਪਤਾ ਲੱਗਿਆ, ਫੋਨ ਕਰਤਾ ਹੋਊਗਾ ਕਿ ਮੈਨੂੰ ਲਾਇਸੈਂਸ ਮਿਲ ਗਿਆ, ਸਾਰਾ ਕੁਛ ਕਲੀਅਰ ਹੋ ਗਿਆ, ਬੇਟਾ ਤੁਹਾਡਾ ਪਾਇਲਟ ਬਣਿਆ, ਜਦੋਂ ਪਤਾ ਲੱਗ ਗਿਆ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ? ਬਹੁਤ ਖੁਸ਼ੀ ਹੋਈ ਜੀ, ਕਿਉਂਕਿ ਇਹ ਬਿਲਕੁਲ ਵਿਲੱਖਣੀ ਤਰ੍ਹਾਂ ਦੀ ਚੀਜ਼ ਹੈ, ਤੇ ਜਦੋਂ ਮੰਨ ਲਓ ਇਹਨੇ ਦੱਸਿਆ ਸਾਨੂੰ ਵੀ ਮੈਨੂੰ ਹੁਣ ਲਾਇਸੈਂਸ ਮਿਲ ਗਿਆ, ਤਾਂ ਅਸੀਂ ਬਹੁਤ ਖੁਸ਼ ਹੋਏ, ਤੇ ਅਸੀਂ ਮੰਨ ਲਓ ਆਸ ਪੜੋਸ ਸਭ ਨੂੰ ਆਪਦੀ ਖੁਸ਼ੀ ਸਾਂਝੀ ਵੀ ਕੀਤੀ ਵੀ ਇਹ ਕੰਮ ਸਾਡਾ ਸਹੀ ਹੋ ਗਿਆ। ਜਦੋਂ ਇਹਨਾਂ ਨੇ ਪਹਿਲੀ ਵਾਰ ਤੁਹਾਨੂੰ ਕਿਹਾ ਹੋਊਗਾ ਕਿ ਡੈਡੀ ਜੀ ਮੈਂ ਤਾਂ ਪਾਇਲਟ ਬਣਨਾ, ਮਨ 'ਚ ਕੀ ਖਿਆਲ ਆਇਆ, ਕਿਉਂਕਿ ਇੱਕ ਵੱਖਰੀ ਲਾਈਨ ਸੀਗੀ, ਇਹ ਨੇੜੇ ਤੇੜੇ ਵੀ ਕਿਸੇ ਨੇ ਨਹੀਂ ਕੀਤਾ ਹੋਣਾ, ਤਾਂ ਤੁਹਾਡੇ ਮਨ 'ਚ ਕੀ ਖਿਆਲ ਹੋਇਆ, ਕਿਉਂਕਿ ਬੇਟਾ ਚਾਹੁੰਦਾ ਸੀ ਕਿ ਮੈਂ ਪਾਇਲਟ ਬਣਨਾ, ਤੁਸੀਂ ਕੀ ਸੋਚਿਆ? ਤੂੰ ਜਦੋਂ ਫਸਟ ਟਾਈਮ ਇਹਨੇ ਪਹਿਲਾਂ ਤਾਂ ਇਹਨੇ ਕੁਛ ਕਲੀਅਰ ਨਹੀਂ ਕੀਤਾ, ਥੋੜ੍ਹਾ 10th ਤੋਂ ਬਾਅਦ ਇਹਦਾ ਮਨ ਤਾਂ ਇਹਦਾ 10th 'ਚ ਬਣ ਗਿਆ ਸੀ, ਪਰ ਇਹਨੇ ਸਾਨੂੰ ਥੋੜ੍ਹਾ ਕਲੀਅਰ ਨਹੀਂ ਕੀਤਾ। ਹੌਲੀ ਹੌਲੀ ਇਹਨੇ ਜਦੋਂ ਸਾਨੂੰ ਦੱਸਿਆ ਤਾਂ ਸਾਨੂੰ ਥੋੜ੍ਹਾ ਜਿਹਾ ਅਟਪਟਾ ਜਿਹਾ ਲੱਗਿਆ ਵੀ ਇਹ ਕਿਸ ਤਰ੍ਹਾਂ ਦੀ ਲਾਈਨ ਹੈ, ਕਿਉਂਕਿ ਸਾਨੂੰ ਵੀ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ, ਤਾਂ ਸਾਨੂੰ ਵੀ ਲੱਗਾ ਵੀ ਯਾਰ ਕਿਸ ਤਰ੍ਹਾਂ ਦੀ ਲਾਈਨ ਚੂਜ਼ ਕਰ ਰਿਹਾ, ਥੋੜ੍ਹੀ ਰਿਸਕੀ ਲਾਈਨ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ ਨਾ। ਫਿਰ ਅਸੀਂ ਚਲੋ ਉਹਦੇ ਬਾਰੇ ਵਿਚਾਰ ਕੀਤਾ, ਥੋੜ੍ਹਾ ਟਾਈਮ ਦਿੱਤਾ, ਆਪਦੇ ਆਪ ਨੂੰ ਟਾਈਮ ਦਿੱਤਾ, ਇਹਨੂੰ ਟਾਈਮ ਦਿੱਤਾ, ਇਹਨੂੰ ਕਿਹਾ ਵੀ ਉਹਦੇ ਬਾਰੇ ਸਾਰੀ ਚੀਜ਼ ਤੂੰ ਭਾਈ ਸਰਚ ਕਰ ਲਾ, ਕੱਲ੍ਹ ਨਾ ਫਿਰ ਕਿਸੇ ਤਰ੍ਹਾਂ ਦੀ ਤੈਨੂੰ ਦਿੱਕਤ ਲੱਗੇ ਬਾਅਦ 'ਚ, ਤੂੰ ਕਹਿੰਦੇ ਵੀ ਸਾਨੂੰ ਮੈਨੂੰ ਇਸ ਕੰਮ ਤੋਂ ਤੁਸੀਂ ਰੋਕ ਦੇਣਾ ਸੀ ਜਾਂ ਇਹ ਲਾਈਨ ਚੰਗੀ ਸੀ ਜਾਂ ਮਾੜੀ ਸੀ। ਫਿਰ ਉਹ ਸਾਰੀ ਡਿਸਕਸ ਅਸੀਂ ਵੀ ਆਪਦੇ ਮਨ ਨਾਲ ਕੀਤੀ, ਇਹਨੂੰ ਵੀ ਮੰਨ ਲਓ ਖੁੱਲ੍ਹ ਦਿੱਤੀ, ਪਰ ਜਦੋਂ ਇਹਦਾ ਸੁਪਨਾ ਸੀ ਤਾਂ ਅਸੀਂ ਫਿਰ ਇਹਦੇ ਸੁਪਨੇ ਨੂੰ ਬੂਰ ਪਾਉਣ ਲਈ ਅਸੀਂ ਮੰਨ ਲਓ ਉਸੇ ਰਾਹ 'ਤੇ ਅਸੀਂ ਚੱਲ ਪਏ, ਅਤੇ ਹੁਣ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡਾ ਬੱਚਾ ਪਾਇਲਟ ਬਣ ਗਿਆ। ਤੁਸੀਂ ਖੁਦ ਵੀ ਪੜ੍ਹੇ ਲਿਖੇ ਹੋ, ਤਾਂ ਅਕਸਰ ਹੁੰਦਾ ਕਿ ਪੇਰੈਂਟਸ ਜੋ ਚਾਹੁੰਦੇ ਹੁੰਦੇ ਆਪਾਂ ਆਪਣੇ ਬੱਚੇ ਨੂੰ ਬਣਾਉਣ ਦੇ ਲਈ, ਉਹੀ ਉਹ ਫੋਰਸ ਕਰਦੇ ਆ ਬੱਚੇ ਨੂੰ। ਤੁਸੀਂ ਇਹਦੇ ਸਰਤਾ ਸੀ ਫੈਸਲਾ ਕਿ ਇਹਦਾ ਫਿਊਚਰ ਆ, ਇਹ ਕੁਛ ਕਰਨਾ ਚਾਹੁੰਦਾ, ਇਹ ਜਿਵੇਂ ਇਹਦੀ ਇੱਛਾ ਸੀ ਉਵੇਂ ਤੁਸੀਂ ਇਹਦੇ ਅਲਾਓ ਕੀਤਾ, ਜਾਂ ਤੁਸੀਂ ਕੁਛ ਹੋਰ ਬਣਾਉਣਾ ਚਾਹੁੰਦੇ ਸੀ ਇਹਨਾਂ ਨੂੰ?
ਨਹੀਂ ਸਾਨੂੰ ਇਸ ਤਰ੍ਹਾਂ ਹੀ ਸੀ ਵੀ ਜੋ ਬੱਚਾ ਖੁਦ ਬਣਨਾ ਚਾਹੁੰਦਾ ਅਸੀਂ ਉਹਦੇ ਨਾਲ ਹੈ, ਅਸੀਂ ਉਹਦੇ ਸਪੋਰਟਿੰਗ ਹੈਗੇ ਹਾਂ ਵੀ ਜੋ ਵੀ ਉਹ ਚਾਹੁੰਦਾ ਅਸੀਂ ਪੂਰੀ ਪੂਰੀ ਤਰ੍ਹਾਂ ਉਹਦੀ ਸਪੋਰਟ ਕਰਨ ਨੂੰ ਤਿਆਰ ਸੀਗੇ। ਪਰ ਜਦੋਂ ਉਹਨੇ ਲਾਈਨ ਥੋੜ੍ਹੀ ਵੱਖਰੀ ਦੱਸੀ ਤਾਂ ਥੋੜ੍ਹਾ ਜਿਹਾ ਕਨਫਿਊਜ਼ ਜ਼ਰੂਰ ਹੋਏ, ਕਨਫਿਊਜ਼ ਜ਼ਰੂਰ ਹੋਏ। ਪਰ ਥੋੜ੍ਹਾ ਟਾਈਮ ਬਾਅਦ 5-10 ਦਿਨਾਂ ਬਾਅਦ ਹੀ ਅਸੀਂ ਸੈਟਲ ਹੋ ਗਏ ਵੀ ਠੀਕ ਹੈ, ਕੋਈ ਗੱਲ ਨਹੀਂ, ਜੋ ਇਹ ਲਾਈਨ ਚੂਜ਼ ਕਰ ਰਿਹਾ ਸੋਚ ਸਮਝ ਕੇ ਕਰ ਰਿਹਾ ਅਸੀਂ ਇਹਦੇ ਨਾਲ ਹਾਂ, ਤਾਂ ਸਾਨੂੰ ਇਹਦੇ ਫੈਸਲੇ 'ਤੇ ਮਾਣ ਹੈ, ਕੋਈ ਦਿੱਕਤ ਨਹੀਂ। ਬਹੁਤ ਮੁਬਾਰਕਾਂ ਜੀ ਬੇਟਾ ਪਾਇਲਟ ਬਣੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਹਾਂਜੀ, ਕਿੰਨੀ ਕੁ ਖੁਸ਼ੀ ਹੋਈ ਜਦੋਂ ਟਾਰਗੇਟ ਅਚੀਵ ਹੋ ਗਿਆ, ਤੁਹਾਨੂੰ ਦੱਸਿਆ ਹੋਊਗਾ ਫੋਨ ਕਰਕੇ ਕਿ ਲਾਇਸੈਂਸ ਮਿਲ ਗਿਆ। ਸਰ ਮੈਂ ਤਾਂ ਐਕਚੁਅਲੀ ਸ਼ੁਰੂ ਤੋਂ ਹੀ ਬਹੁਤ ਖੁਸ਼ ਸੀ ਕਿ ਬੱਚੇ ਨੇ ਲਾਈਨ ਹੀ ਉਹ ਚੂਜ਼ ਕੀਤੀ ਹੈ ਨਾ, ਕਿ ਮਤਲਬ ਆਪਣੇ ਆਪ 'ਚ ਹੀ ਮਾਣ ਵਾਲੀ ਗੱਲ ਹੈ। ਔਰ ਜਦੋਂ ਬਣ ਗਿਆ ਤਾਂ ਓਬਵੀਅਸ ਉਹ ਤਾਂ ਤੁਸੀਂ ਸ਼ਬਦਾਂ 'ਚ ਐਕਸਪ੍ਰੈਸ ਹੀ ਨਹੀਂ ਕਰ ਸਕਦੇ ਉਸ ਗੱਲ ਨੂੰ। ਇਹ ਮਤਲਬ ਇਹਨੇ ਸਾਨੂੰ ਨਾ ਹਰ ਕੋਈ ਰੁਕ ਕੇ ਪੁੱਛ ਰਿਹਾ, ਹਰ ਕੋਈ ਬਹੁਤ ਖੁਸ਼ ਹੈ। ਮਤਲਬ ਪੂਰਾ ਕਹਿੰਦੇ ਕਿ ਭਦੌੜ ਸ਼ਹਿਰ ਬਿਲਕੁਲ ਓਨਾ ਹੀ ਖੁਸ਼ ਹੈ ਜਿੰਨੇ ਅਸੀਂ ਖੁਸ਼ ਹਾਂ, ਤਾਂ ਓਬਵੀਅਸ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ। ਬਹੁਤ ਰੇਅਰ ਬੱਚੇ ਪਾਇਲਟ ਬਣਦੇ ਆ ਪੂਰੇ ਭਦੌੜ ਦੇ ਵਿੱਚੋਂ, ਸ਼ਾਇਦ ਪਹਿਲਾਂ ਹੋਣਾ, ਤਾਂ ਕਿੰਨੀ ਕੁ ਤੁਹਾਨੂੰ ਦੇਖ ਕੇ ਖੁਸ਼ੀ ਹੋਈ ਕਿ ਸਾਰੇ ਕਹਿ ਰਹੇ ਆ, ਕਿਉਂਕਿ ਇੱਕ ਭਦੌੜ ਦਾ ਬੱਚਾ ਤਾਂ ਸਾਰੇ ਭਦੌੜ ਨੂੰ ਹੀ ਮਾਣ ਹੋ ਗਿਆ ਕਿਤੇ ਨਾ ਕਿਤੇ। ਬਿਲਕੁਲ ਸਰ, ਇਹਨੂੰ ਵੀ ਇਹੀ ਚੀਜ਼ ਕਹਿ ਰਹੇ ਹਾਂ ਕਿ ਅਸੀਂ ਜਦੋਂ ਕ੍ਰੋਸ ਕਰ ਰਹੇ ਹਾਂ ਨਾ ਕਿਤੋਂ ਵੀ ਜਾਂਦੇ ਹਾਂ, ਤਾਂ ਲੋਕ ਸਾਡੇ ਵੀ ਦੇਖ ਕੇ ਗੱਲ ਕਰਦੇ ਕਿ ਇਹਨਾਂ ਦਾ ਬੱਚਾ ਹੈ ਜੋ ਪਾਇਲਟ ਬਣ ਕੇ ਆਇਆ। ਸਾਨੂੰ ਮਤਲਬ ਇੰਨੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਇਹਨੇ ਸਾਨੂੰ ਨਾ ਮਤਲਬ ਵਿਲੇਜ 'ਚ ਅਸੀਂ ਇਕਦਮ ਸਿਰ ਉਠਾ ਕੇ ਜਾ ਰਹੇ ਹਾਂ ਕਿ ਬਹੁਤ ਖੁਸ਼ੀ ਦਿੱਤੀ ਹੈ ਬੱਚੇ ਨੇ। ਔਰ ਸਾਨੂੰ ਸ਼ੁਰੂ ਤੋਂ ਹੀ ਬਹੁਤ ਕਲੀਅਰ ਸੀ ਕਿ ਅਗਰ ਇਹਨੇ ਕੋਈ ਫੈਸਲਾ ਲਿੱਤਾ ਤਾਂ ਕੰਪਲੀਟ ਜ਼ਰੂਰ ਕਰੇਗਾ ਆਪਣੇ ਮਿਸ਼ਨ ਨੂੰ। ਅੱਛਾ, ਪਹਿਲਾਂ ਤੁਹਾਨੂੰ ਦੱਸਿਆ ਵੀ ਮੈਂ ਪਾਇਲਟ ਬਣਨਾ ਜਾਂ ਇਹਨਾਂ ਨੂੰ ਦੱਸਿਆ? ਪਹਿਲੇ ਫੋਨ ਤੇਰੇ ਨਾਲ ਹੀ ਸ਼ੇਅਰ ਕਰਦਾ ਜਨਰਲੀ, ਪਰ ਬੱਚਾ ਮੰਮੀ ਅਤੇ ਮਾਤਾ ਨਾਲ ਸਭ ਸ਼ੇਅਰ ਕਰਦਾ ਹੁੰਦਾ। ਗੱਲ ਮੰਮੀਆਂ ਨਾਲ ਹੀ ਐਕਸਪ੍ਰੈਸ ਕਰਦੇ ਆ, ਇਹਦੀ ਸਾਰੀ ਗੱਲ ਮੇਰੇ ਨਾਲ ਹੀ ਹੁੰਦੀ ਸੀ। ਇਹਨੇ ਦੱਸਤਾ ਸੀ ਕਿ ਮਤਲਬ ਮੇਰਾ ਇਸ ਡੇਟ ਨੂੰ ਟੈਸਟ ਹੋਣਾ, ਫਲਾਇੰਗ ਟੈਸਟ ਹੋਣਾ। ਕਾਫੀ ਘਬਰਾਇਆ ਹੋਇਆ ਵੀ ਸੀ, ਇਹਨੂੰ ਥੋੜਾ ਮੋਟੀਵੇਟ ਵੀ ਕਰ ਰਹੇ ਸੀ ਕਿ ਨਹੀਂ ਜਦੋਂ ਤਿਆਰੀ ਪੂਰੀ ਹੈ ਆਪਣੀ ਤਾਂ ਤੂੰ ਟੈਨਸ਼ਨ ਨਾ ਲੈ। ਔਰ ਇਹਦੀ ਜਦੋਂ ਕਾਲ ਆਈ ਕਿ ਬਈ ਮੇਰਾ ਟੈਸਟ ਕਲੀਅਰ ਹੋ ਗਿਆ, ਐਵਰੀਥਿੰਗ ਇਜ਼ ਫਾਈਨ, ਤਾਂ ਓਬਵੀਅਸ ਉਹ ਮਤਲਬ ਮਦਰਸ ਨੂੰ ਹੀ ਬੱਚੇ ਪਹਿਲਾਂ ਦੱਸਦੇ ਆ ਹਰ ਚੀਜ਼ ਨਾ, ਚਾਹੇ ਕੋਈ ਵੀ ਖੁਸ਼ੀ ਦੀ ਗੱਲ ਹੈ ਚਾਹੇ ਕੋਈ ਪ੍ਰੋਬਲਮ ਆਵੇ ਬੱਚੇ 'ਤੇ, ਉਹ ਸਾਰੀ ਸ਼ੇਅਰਿੰਗ ਮਦਰਸ ਨਾਲ ਹੀ ਹੁੰਦੀ ਹੈ। ਤਾਂ ਇਹ ਚੀਜ਼ ਸੀ ਐਕਚੁਅਲੀ। ਜਿਵੇਂ ਤੁਸੀਂ ਪੁੱਛ ਰਹੇ ਸੀ, 10th 'ਚ ਇਹਨੇ ਸਾਨੂੰ ਜੋ ਕਲੀਅਰ ਕੀਤਾ ਕਿ ਮੈਂ ਪਾਇਲਟ ਬਣਨਾ, ਤਾਂ ਅਸੀਂ ਸੋਚ ਰਹੇ ਸੀ ਕਿ ਹਲੇ ਬੱਚਾ ਇਹ ਹੈ ਨਾ, ਪਤਾ ਨਹੀਂ ਆਪਣੇ ਫੈਸਲੇ 'ਤੇ ਕਾਇਮ ਰਹੇਗਾ। ਸੋਚਦੇ ਹੋ ਕਿਉਂਕਿ ਛੋਟੇ ਹੁੰਦੇ ਹਰ ਇੱਕ ਹੀ ਕਹਿੰਦਾ, ਕੋਈ ਕਹਿੰਦਾ ਮੈਂ ਡਾਕਟਰ ਬਣਨਾ, ਕੋਈ ਕਹਿੰਦਾ ਪਾਇਲਟ ਬਣਨਾ। ਹਾਂਜੀ, ਬੋਲ ਦਿੰਦੇ ਆ ਕਿ ਮੈਂ ਆਹ ਬਣਨਾ ਹੈ ਨਾ। ਔਰ ਇਹ ਲਾਈਨ ਆਪਣੀ ਮਤਲਬ ਬਕਟ ਲਿਸਟ 'ਚ ਵੀ ਨਹੀਂ ਹੁੰਦੀ। ਆਪਾਂ ਬੱਚਿਆਂ ਨੂੰ ਕਹਿੰਦੇ ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, IAS, IPS, ਪਾਇਲਟ ਉਸ ਲਿਸਟ 'ਚ ਵੀ ਨਹੀਂ ਹੁੰਦਾ। ਤਾਂ ਸਾਨੂੰ ਲੱਗਿਆ ਕਿ ਠੀਕ ਹੈ, ਬੱਚਾ ਹੈ, ਇੱਕ ਡ੍ਰੀਮ ਹੈ ਜਸਟ, ਮਤਲਬ ਕੋਈ ਉਹਦਾ ਕੋਈ ਬੇਸ ਨਹੀਂ ਹੈ। ਬਟ ਜਦੋਂ ਪਲੱਸ 2 'ਚ ਐਕਚੁਅਲੀ JEE ਦੇ ਐਗਜ਼ਾਮਸ ਦੇ ਰਿਹਾ ਸੀ, ਉਦੋਂ ਇਹਨੇ ਫਿਰ ਸਾਨੂੰ ਕਲੀਅਰ ਕੀਤਾ ਕਿ ਠੀਕ ਹੈ ਮੈਂ ਐਗਜ਼ਾਮ ਦੇ ਰਿਹਾ, ਮੈਂ ਦੇ ਦੂੰਗਾ, ਬਟ ਮੇਰਾ ਡ੍ਰੀਮ ਉਹੀ ਹੈ ਅੱਜ ਵੀ ਕਿ ਮੈਂ ਪਾਇਲਟ ਬਣਨਾ। ਬਸ ਫਿਰ ਅਸੀਂ ਇਹਨੂੰ ਅਸੀਂ ਉੱਥੇ ਸੈਕਿੰਡ ਥਾਟ ਨਹੀਂ ਲਿੱਤਾ। ਸਾਨੂੰ ਲੱਗਿਆ ਕਿ ਅਗਰ ਇਹ ਅੱਜ ਵੀ 2 ਸਾਲ ਬਾਅਦ ਵੀ ਸੇਮ ਚੀਜ਼ ਸਾਨੂੰ ਕਹਿ ਰਿਹਾ, ਤਾਂ ਇਟ ਮੀਨਸ ਇਹ ਫਾਈਨਲ ਹੈ ਕਿ ਪਾਇਲਟ ਹੀ ਬਣੇਗਾ। ਤਾਂ ਅਸੀਂ ਫਿਰ ਉੱਥੇ ਇਹਦੇ ਨਾਲ ਹੋ ਗਏ ਕਿ ਠੀਕ ਹੈ, ਹੁਣ ਤੂੰ ਸਰਚ ਕਰ ਕਿ ਕਿਵੇਂ ਕਰਨਾ, ਇਸ ਲਾਈਨ 'ਚ ਕਿਵੇਂ ਜਾਣਾ, ਅਸੀਂ ਤੇਰੇ ਨਾਲ ਖੜੇ ਹਾਂ। ਤੁਸੀਂ ਮਾਤਾ ਪਿਤਾ ਨੂੰ ਅਕਸਰ ਇਹ ਲੱਗਦਾ ਹੁੰਦਾ ਕਿ ਸਾਡਾ ਬੱਚਾ ਬਾਹਰ ਜਾ ਵੜੇ, ਉੱਥੇ ਫਿਊਚਰ ਸੇਫ ਆ, ਤਾਂ ਤੁਸੀਂ ਬੇਨਤੀ ਕੀ ਕਰੋਗੇ ਜਿਹੜੇ ਬੱਚੇ ਇੱਥੇ ਰਹਿੰਦੇ ਆ ਜਾਂ ਉਹਨਾਂ ਦੇ ਮਾਤਾ ਪਿਤਾ, ਕਈ ਵਾਰੀ ਬੱਚੇ ਦਾ ਮਨ ਹੁੰਦਾ ਇੱਥੇ ਰਹਿਣ ਦਾ ਪਰ ਮਾਤਾ ਪਿਤਾ ਉਹਨੂੰ ਕਿਸੇ ਨਾ ਕਿਸੇ ਨੂੰ ਵੇਖ ਕੇ ਕਿ ਉਹਨਾਂ ਦਾ ਵੀ ਚਲਿਆ ਗਿਆ ਹੈ ਨਾ, ਤੂੰ ਵੀ ਜਾ ਵੜਾ ਬਾਹਰ, ਤਾਂ ਤੁਸੀਂ ਕੀ ਅਪੀਲ ਕਰੋਗੇ? ਦੇਖੋ ਸਾਡਾ, ਦੇਖੋ ਯੂਥ ਨੂੰ ਵੀ ਇਹੀ ਸਾਡਾ ਸੁਨੇਹਾ ਹੈ, ਦੇਖੋ ਆਪਣਾ ਦੇਸ਼ ਬਹੁਤ ਵਧੀਆ ਹੈ,
ਫਸਟ ਆਫ ਆਲ ਤਾਂ ਆਪਾਂ ਨੂੰ ਆਪਣੇ ਦੇਸ਼ ਨੂੰ ਹੀ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਜੇ ਤੁਸੀਂ ਪੜ੍ਹਨ ਲਈ ਬਾਹਰ ਜਾਣਾ ਉਹ ਮੈਟਰ ਅਲੱਗ ਹੈ, ਪਰ ਤੁਸੀਂ ਕੋਸ਼ਿਸ਼ ਕਰੋ ਵੀ ਸੈਟਲ ਤੁਸੀਂ ਆਪਦੇ ਦੇਸ਼ ਵਿੱਚ ਹੀ ਹੋ, ਫਿਰ ਹੀ ਅਸੀਂ ਆਪਦੇ ਦੇਸ਼ ਦੇ ਸੰਸਕ੍ਰਿਤੀ ਨੂੰ ਆਪਦੇ ਦੇਸ਼ ਦੀਆਂ ਕਦਰਾਂ ਕੀਮਤਾਂ ਨੂੰ ਬਚਾ ਸਕਦੇ ਹਾਂ। ਜੇ ਆਪਾਂ ਸਾਰਾ ਆਪਣਾ ਯੂਥ ਬਾਹਰ ਹੀ ਭੇਜਤਾ ਤਾਂ ਆਪਣੇ ਦੇਸ਼ ਦਾ ਕੁਛ ਵੀ ਨਹੀਂ ਰਹਿਣਾ। ਤਾਂ ਮਤਲਬ ਮੇਨ ਇਹੀ ਹੈ ਵੀ ਦੇਖੋ ਜੇ ਹੋ ਸਕਦਾ ਤਾਂ ਘੱਟ ਤੋਂ ਘੱਟ ਬਾਹਰ ਜਾਣ ਦੀ ਕੋਸ਼ਿਸ਼ ਕਰੋ, ਇੱਕ ਟਰਾਈ ਜ਼ਰੂਰ ਕਰੋ। ਇੱਥੇ ਸੰਭਾਵਨਾਵਾਂ ਬਹੁਤ ਨੇ, ਇਹ ਨਹੀਂ ਹੈਗਾ ਵੀ ਬਿਲਕੁਲ ਹੀ ਨਹੀਂ ਹੈਗੀਆਂ। ਤੁਸੀਂ ਥੋੜ੍ਹਾ ਜਿਹਾ ਕੋਸ਼ਿਸ਼ ਤਾਂ ਕਰਕੇ ਦੇਖੋ, ਜੇ ਤੁਸੀਂ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਹਾਨੂੰ ਕੁਛ ਨਹੀਂ ਮਿਲਦਾ, ਚਲੋ ਫਿਰ ਤੁਸੀਂ ਸੋਚ ਸਕਦੇ ਹਾਂ। ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰੋ ਵੀ ਮੈਂ ਇੰਡੀਆ ਵਿੱਚ ਸੈਟਲ ਹੋਣਾ ਹੈ, ਇਹੀ ਮੈਂ ਕਹਿਣਾ ਚਾਹੁੰਦਾ ਜੀ। ਹੁਣ ਬੇਟਾ ਪਾਇਲਟ ਆ, ਫਿਰ ਜਹਾਜ਼ 'ਚ ਝੂਟਾ ਲਓਗੇ ਨਾਲ? ਜ਼ਰੂਰ ਜੀ ਜ਼ਰੂਰ, ਜਦੋਂ ਵੀ ਇਹ ਮੌਕਾ ਮਿਲੂਗਾ ਤਾਂ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੋਊਗੀ ਵੀ ਅਸੀਂ ਇਹਦੇ ਨਾਲ ਇੱਕ ਵਾਰੀ ਰਾਈਡ ਕਰ ਰਹੇ ਹਾਂ। ਦੇਖੋ ਜਹਾਜ਼ 'ਚ ਤਾਂ ਬਹੁਤ ਵਾਰ ਬੈਠੇ ਹੈ ਨਾ, ਪਰ ਜਦੋਂ ਆਪਣਾ ਬੱਚਾ ਖੁਦ ਐਜ਼ ਐਨ ਪਾਇਲਟ ਉਹਨੂੰ ਫਲਾਈ ਕਰ ਰਿਹਾ ਤਾਂ ਉਹ ਖੁਸ਼ੀ ਦਾ ਉਹ ਤਾਂ ਮਤਲਬ ਹਲੇ ਅਸੀਂ ਵੈਸੇ ਤਾਂ ਫੀਲ ਕਰਨੀ ਆ ਉਹ ਚੀਜ਼, ਬਟ ਉਹ ਸੋਚ ਕੇ ਹੀ ਕਹਿੰਦੇ ਨਾ ਕਿ ਬਟਰਫਲਾਈਜ਼ ਸਟਮਕ 'ਚ ਫਲਾਈ ਕਰ ਰਹੀ ਹੈ, ਉਹ ਚੀਜ਼ ਹੈ ਕਿ ਅਸੀਂ ਉਸ ਮੂਮੈਂਟ ਦਾ ਵੇਟ ਕਰ ਰਹੇ ਹਾਂ ਕਿ ਇਹ ਫਲਾਈ ਕਰ ਰਿਹਾ ਹੋਵੇ ਔਰ ਅਸੀਂ ਬੈਠੇ ਹੋਈਏ ਉੱਥੇ ਪਲੇਨ 'ਚ। ਔਰ ਬਾਕੀ ਜਿਹੜਾ ਤੁਸੀਂ ਬਾਹਰ ਜਾਣ ਵਾਲਾ ਕਹਿ ਰਹੇ ਹੋ, ਇਹ ਸਾਡਾ ਆਪਣਾ ਬੱਚਾ ਵੀ ਇਹੀ ਚਾਹ ਰਿਹਾ ਕਿ ਮੈਂ ਇੰਡੀਆ 'ਚ ਹੀ ਸੈਟਲ ਹੋਣਾ, ਮਤਲਬ ਮੈਂ ਅਬਰੋਡ ਨਹੀਂ ਸੈਟਲ ਹੋਣਾ ਚਾਹੁੰਦਾ, ਇਹਦੀ ਆਪਣਾ ਵੀ ਖੁਆਇਸ਼ ਇਹੀ ਹੈ। ਹਾਂਜੀ ਬਹੁਤ ਧੰਨਵਾਦ ਜੀ, ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਬਹੁਤ ਮੁਬਾਰਕਾਂ ਬੇਟਾ ਪਾਇਲਟ ਬਣ। ਥੈਂਕ ਯੂ ਸਰ, ਥੈਂਕ ਯੂ ਸਾਰੇ ਵਿਊਰਸ ਨੂੰ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੀ ਗੱਲਬਾਤ ਸੁਣੀ, ਸਾਡੇ ਬੱਚੇ ਦੀ ਇੰਟਰਵਿਊ ਕਰੀ ਜੀ, ਥੈਂਕ ਯੂ ਸਰ ਜੀ। ਤਾਂ ਵੰਸ਼ ਗਰਗ ਕਸਬਾ ਭਦੌੜ ਬਰਨਾਲੇ ਦੇ ਵਿੱਚ ਪੈਂਦਾ, ਉਸ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਆਪਣੀ ਮਿਹਨਤ ਸਦਕਾ ਇਸ ਨੌਜਵਾਨ ਨੇ ਇਹ ਟਾਰਗੇਟ ਅਚੀਵ ਕੀਤਾ, ਪਾਇਲਟ ਬਣਿਆ। ਬਹੁਤ ਸਾਰੇ ਬੱਚੇ ਛੋਟੇ ਹੁੰਦੇ ਸੋਚਦੇ ਤਾਂ ਬਹੁਤ ਆ ਕਿ ਅਸੀਂ ਵੱਡੇ ਹੋ ਕੇ ਪਾਇਲਟ ਬਣਾਂਗੇ, ਪਰ ਬਣਦਾ ਕੋਈ ਕੋਈ ਆ, ਕਿਉਂਕਿ ਕਾਫੀ ਮਿਹਨਤ ਕਰਨੀ ਪੈਂਦੀ ਹੈ, ਕਾਫੀ ਸਟਰਗਲ ਕਰਨਾ ਪੈਂਦਾ, ਪਰ ਇਹ ਨੌਜਵਾਨ ਨੇ ਆਪਣੀ ਮਿਹਨਤ ਨਹੀਂ ਛੱਡੀ। ਛੋਟੀ ਉਮਰ ਦੇ ਵਿੱਚ ਜਿਹੜਾ ਸੁਪਨਾ ਲਿਆ ਸੀ ਉਹ ਤੇ ਮਨ ਦੇ ਵਿੱਚ ਧਾਰ ਕੇ ਰੱਖਿਆ ਕਿ ਮੈਂ ਬਣਨਾ ਤਾਂ ਬਣ ਨਹੀਂ ਆ, ਤਾਂ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਤੇ ਉਹਦੇ ਲਈ ਸਿਰਫ ਮਿਹਨਤ ਚਾਹੀਦੀ ਹੁੰਦੀ ਹੈ, ਤੇ ਮਿਹਨਤ ਜ਼ਰੀਏ ਕੋਈ ਵੀ ਟਾਰਗੇਟ ਆਪਾਂ ਅਚੀਵ ਕਰ ਸਕਦੇ ਹਾਂ। ਕੈਮਰਾਮੈਨ ਆਪਣੇ ਦੇ ਨਾਲ ਗਵਿੰਦਰ ਸਿੰਘ ਜੰਗੀ ਆਣਾ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।